आज ही हम आपको दिखा रहे हैं ये आटा गूंदने का तरीका जो शादियों पे हम आटा गूंदते हैं ना तो उसमें जो है वो कितनी मेदार में आटा गूंदना हो किस तरह पानी डालना है ये आपको भाई बताएंगे भाई जान ये आप आटा गूंद रहे हैं इसके बारे में थोड़ा सा बताएं किस तरह ये गूंदा जाता है और इसका क्या तरीका कार है रोटी कैसे अच्छी बनती है इसका कोई टाइमिंग वगैरह होती है ਜੀ ਬਿਲਕੁਲ ਟਾਈਮਿੰਗ ਹੋਤੀ ਹੈ ਤੁਸੀਂ ਸਰੇਕੀ ਦੀ ਗੱਲ ਕਰੇ ਸੋ ਤਾਂ ਕਿ ਜਿਹੜਾ ਨਾ ਅਸਾਂ ਮਤਲਬ ਇੱਕ ਇੱਕ ਸਰੇਕੀ ਚੈਨਲ ਹੈ ਸਾਡਾ ਤੇ ਅਸਾਂ ਜਨਾਬ ਸਰੇਕੀ ਦੀ ਗੱਲ ਕਰਸਾਂ ਤੁਹਾਨੂੰ ਨਾਲ ਇੱਕ ਕਿੰਨੇ ਦਾ ਕੋਈ ਆਟੇ ਦਾ ਲੋਣ ਦਾ ਤਰੀਕਾ ਹੋਣਾ ਹੈ ਕਿ ਆਟਾ ਖਰਾਬ ਨਾ ਹੋਵੇ ਰੋਟੀ ਅੱਛੀ ਬਣੇ ਇਹ ਲਾਲਾ ਪੂਰਾ ਗੱਟੂਆ ਇਸ ਦੇ ਵਿੱਚ ਅਸਾਂ ਪੜ੍ਹਦੇ ਹਾਂ ਤੁਸੀਂ ਕੰਮ ਵੀ ਕੰਮ ਵੀ ਨਾਲ ਨਾਲ ਛਿੱਕੀ ਰੱਖੇ ਸੋ ਤਾਂ ਕਿ ਟਾਈਮ ਸਾਡਾ ਸ਼ਾਰਟ ਹੈ ਇਹ ਸਭ ਪੂਰਾ ਗਟੂਆ ਲਾਲਾ ਵਿੱਚ ਸਟੇਨੇ ਆ ਠੀਕ ਹੈ ਉਹਦੇ ਵਿੱਚ ਥੋੜਾ ਥੋੜਾ ਕਰਕੇ ਇਤਨਾ ਇਤਨਾ ਮਸਾਲਾ ਠੀਕ ਹੈ ਠੀਕ ਹੈ ਨਰਮ ਨਰਮ ਕਰਕੇ ਸੀ ਛੱਟਾ ਬਾਦ ਉਸ ਤੋਂ ਬਾਅਦ ਜਦ ਮੁਕਮਲ ਥੀ ਵੰਦੇ ਠੀਕ ਹੈ ਬਾਤ ਇਸ ਨੂੰ ਯਾਨੀ ਕਿ ਮੁੱਕ ਦਿੱਤੀ ਠੀਕ ਹੈ ਜਨਾਨੇ ਤਰੀਕੇ ਠੀਕ ਹੈ ਠੀਕ ਹੈ ਵੈਰੀ ਗੁੱਡ ਉਸ ਤੋਂ ਬਾਅਦ ਬਾਤ ਤਿਆਰ ਹੋ ਕੇ ਅਗਲੇ ਮਰਲੇ ਤੇ ਯਾਨੀ ਕਿ ਬਾਤ ਪਕਾਉਣਾ ਸ਼ੁਰੂ ਕਰ ਦੇਣਾ ਅੱਛਾ ਠੀਕ ਹੈ ਅੱਛਾ ਮਤਲਬ ਬਾਤ ਉਸਾਂ ਪਹਿਲੇ ਬਾਅਲ ਲੈਨੇ ਹੋ ਜੀ ਜੀ ਕਿਉਂਕਿ ਥੋੜਾ ਬੋ ਕੋਲਾ ਵੀ ਥੀ ਵੰਦੇ ਉਸ ਤੋਂ ਬਾਅਦ ਯਾਨੀ ਠੀਕ ਹੈ ਰੋਟੀ ਸੜਦੀ ਨਹੀਂ ਨਾ ਨਹੀਂ ਅੱਛਾ जबरदस्त ठीक है शिबाज कहलाए पे मेहमान जी, जी, जी। मतलब है सारे ना ले तावन किया है जी दोस्त आई संगी आई उन्होंने आख्याई सर असा भाई बहुत शुक्रिया तावन किया जी अलहमदुल्ला बहुत मजा आ सी जी अल्लाह हाफिज